ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਅਸੀਂ ਅੱਜ ਚੱਲੇ ਹਾਂ ਜੀ ਚੱਕ ਨੰਬਰ 33, ਜਿਹੜਾ ਕਿ ਅਜਾਇਬ ਸਿੰਘ ਉਹਨਾਂ ਦਾ ਪਿੰਡ ਸੀ, ਸਰਦਾਰ ਅਜਾਇਬ ਸਿੰਘ ਉਹਨਾਂ ਦਾ। ਉੱਥੇ ਅਸੀਂ ਚੱਲੇ ਹਾਂ ਜੁੱਤੀਆਂ ਦੇਣ ਇੱਕ ਸਕੂਲ ਦੇ ਵਿੱਚ। ਉਹਨਾਂ ਦੇ ਪਿੰਡ ਦੇ ਵਿੱਚੋਂ ਜਿਹੜੇ ਮਤਲਬ ਸਰਦਾਰ ਉੱਠ ਕੇ ਗਏ ਸੀ, ਉਹਨਾਂ ਨੇ ਆਪਣੇ ਪਿੰਡ ਦੇ ਜਿਹੜੇ ਮੌਜੂਦਾ ਉੱਥੇ ਰਹਿੰਦੇ ਆ ਡਿਜ਼ਰਵਿੰਗ ਸਟੂਡੈਂਟ, ਉਹਨਾਂ ਨੂੰ ਜੁੱਤੀਆਂ ਦੇਣੀਆਂ। ਅਤੇ ਅੱਜ ਦਾ ਵਲੋਗ ਜਿਹੜਾ ਸਾਡੇ ਨਾਲ ਤੁਸੀਂ ਜੁੜੇ ਰਹੇ ਹੋ, ਤੁਹਾਨੂੰ ਦਿਖਾਵਾਂਗੇ ਸਾਰਾ ਹੀ ਕਿੱਥੋਂ ਕਿੱਥੋਂ ਜਾਣਾ, ਕਿਹੜੇ ਕਿਹੜੇ ਰਾਸਤੇ, ਕਿਹੜੇ ਕਿਹੜੇ ਸਟਾਪ ਆਉਂਦੇ, ਸਾਰੇ ਤੁਹਾਨੂੰ ਦੱਸਾਂਗੇ। ਚਲੋ ਜੀ, ਹੁਣ ਅੱਗੇ ਆਪਾਂ ਕੈਮਰੇ ਦਾ ਜਿਹੜਾ ਸਿਸਟਮ ਆ ਤਾਲਾ ਨੂੰ ਉਟਾਨੇ ਆ। ਲੋ ਜੀ, ਅਸੀਂ ਹੁਣ ਨਿਕਲਣ ਲੱਗੇ ਆ ਅੱਜ ਦੀ ਮਾਸ਼ਾਅੱਲਾ ਚੱਕ ਨੂੰ। ਤੇਤੀ ਚੱਕ ਨੂੰ ਜੀ, ਅੱਜ ਜੁੱਤੀਆਂ ਸਾਡੀ ਕੋਲ ਪਈਆਂ ਹੋਈਆਂ ਜਿਹੜੀਆਂ ਕਿ ਬੱਚਿਆਂ ਨੂੰ ਜਾ ਕੇ ਦੇਣੀਆਂ ਸੀ। ਡਿੱਗੀ ਜੀ ਵੀ ਪਈਆਂ ਨੇ, ਡਿੱਗੀ ਜੀ ਵੀ ਪਿੱਛੇ ਪਈਆਂ ਹੋਈਆਂ, ਡਿੱਗੀ ਵੀ ਭਰੀ ਹੈ। ਬਿਲਕੁਲ ਜੀ, ਮੈਨੂੰ ਅੱਜ ਕੱਲ੍ਹ ਕਾਫੀ ਕੰਮ ਆ। ਕਿਸਾਨ ਸਾਹਿਬ ਨੂੰ ਪਤਾ ਮਕਾਨਾਂ ਦਾ ਕੰਮ ਸ਼ੁਰੂ ਕੀਤਾ, ਲੇਕਿਨ ਕਿਸਾਨਾ ਸਾਹਿਬ ਨੇ ਕਿਹਾ ਕਿ ਆਪਾਂ ਨੇਕ ਕੰਮ ਵਾਸਤੇ ਜਾਣਾ। ਚੱਕ ਲਈਆਂ ਮੈਂ ਕਿਹਾ ਲਾਜ਼ਮੀ ਜਾਵਾਂਗੇ ਜੀ। ਕਣਕਾਂ ਚੱਕ ਲਈਆਂ ਜੀ, ਕਣਕਾਂ ਨੇ ਤਾਂ ਫੁੱਲ ਜਲੀਲ ਕੀਤਾ ਸਾਨੂੰ। ਬੋਰੀ ਬੂਰੀ ਲੱਭ ਗਈ ਸੀ ਨੀ, ਬੋਰੀ ਲੱਭ ਗਿਆ ਸੀ ਬਾਹਰ ਦਾ। ਉਹਨਾਂ ਦੀ ਸੁਣ ਲਓ ਕਿਸਾਨਾ ਸਾਹਿਬ, ਤਕਰੀਬਨ ਸਾਨੂੰ ਕੁਝ 2 ਮਹੀਨੇ ਤੋਂ ਹੋ ਗਏ ਜਲੀਲ ਹੁੰਦੇ ਹਨ। ਅੱਛਾ, ਤੇ ਵਪਾਰੀ ਹਜ਼ਰਤ ਨੂੰ ਧੁੰਨ ਕੇ ਪਾਰ ਦਾ ਨਾ ਲੱਭਿਆ, ਕਿਸਾਨ ਨੂੰ ਕੋਈ ਨਹੀਂ ਲੱਭਾ। ਇਹ ਦਿੱਤੇ ਵੀ ਆਦਗੀ MPMNA ਦੇ ਥਰੂ ਆ। MPMNA ਦੇ ਥਰੂ ਤਾਂ ਨਹੀਂ, ਖੈਰ MPMNA ਨੇ ਧੱਕਾ ਕੀਤਾ ਜਾ ਕੇ। ਉਹਨਾਂ ਨੇ ਉਹਨਾਂ ਨੇ ਧੱਕੇ ਨਾਲ ਜਾ ਕੇ ਚੱਕ ਲਏ ਪਾਸਪੋਰਟ ਸੈਂਟਰ ਦਾ। ਧੱਕਾ ਕਰ ਗਏ ਇਹ ਬਾਈ ਜੀ, ਧੱਕਾ ਹੈ, ਇਹ ਧੱਕਾ ਹੈ। ਤੇ ਪਾਕਿਸਤਾਨ ਦੇ ਸਾਰੇ ਕਿਸਾਨਾਂ ਨੇ ਇਸ ਟਾਈਮ ਫੁੱਲ ਧੱਕਾ ਹੋ ਰਿਹਾ, ਤੇ ਜਿਹਦੇ ਸਾਥ ਅਗਲੇ ਸਾਲ ਤੱਕ ਇਨਸ਼ਾਅੱਲਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਬਹੁਤ ਬੁਰੇ ਹਾਲਾਤ ਹੋਣੇ ਆ। ਬਾਕੀ ਸਾਡੇ ਨਾਲ ਜੁੜੇ ਰਹੋ ਜੀ, ਅਸੀਂ ਤੁਹਾਨੂੰ ਰਾਸਤੇ ਦੀ ਵੀ ਸੈਰ ਕਰਾਵਾਂਗੇ, ਕਿਹੜੇ ਕਿਹੜੇ ਸਟਾਪ ਆਉਂਦੇ ਆ, ਕਿਹੜੇ ਕਿਹੜੇ ਰਾਹ ਆਉਂਦੇ ਆ, ਇੱਕ ਯਾਦਗਾਰੀ ਸਫ਼ਰ ਹੋਏਗਾ ਇਨਸ਼ਾਅੱਲਾ। ਜਦੋਂ ਆਪਾਂ ਗੋਜਰੇ ਵੱਲੋਂ ਫੈਸਲਾਬਾਦ ਨੂੰ ਜਾਈਦਾ, ਇਸ ਰੋਡ ਨੂੰ ਡਿਜਕੋਟ ਰੋਡ ਕਹਿੰਦੇ ਆ, ਅਤੇ ਇਹ ਕਾਫੀ ਸ਼ਾਰਟ ਬਣ ਜਾਂਦਾ ਅਗਰ ਫੈਸਲਾਬਾਦ ਨੂੰ ਜਾਣਾ ਹੋਵੇ। ਦੂਸਰਾ ਰੋਡ ਜਿਹੜਾ ਪਰਲੀ ਸਾਈਡ 'ਤੇ ਆ, ਉਹ ਪੈਂਸਲਾ ਰੋਡ ਕਹਿੰਦੇ ਆ, ਇਹਨੂੰ ਡਿਜਕੋਟ ਰੋਡ ਕਹਿੰਦੇ ਆ ਜੀ। ਜਹਾਂਗੀਰ ਮੋੜ ਬੜਾ ਹੀ ਸੋਹਣਾ ਮੋੜ ਆ। ਇੱਥੇ ਪਹਿਲੇ ਕੋਈ ਐਡੀ ਰੌਣਕ ਨਹੀਂ ਸੀ ਹੁੰਦੀ, ਲੇਕਿਨ ਆਹ ਹੋਟਲ ਬਣ ਗਏ ਆ ਬੋਰਡ, ਜਿਹੜੇ ਪੁਰਾਣੇ ਕਿਸੇ ਵਕਤਾਂ ਦੇ, ਮੈਨੂੰ ਲੱਗਦਾ ਹੈ 1947 ਵੇਲੇ ਦੇ ਹੀ ਆ। ਇਹਨਾਂ ਨਾਲ ਇੱਥੇ ਬੜੀ ਰੌਣਕ ਹੈ। ਇੱਕ ਆਹ ਜਿਹੜੇ ਸਰਦਾਈ ਵਾਲੇ ਬੈਠੇ ਆ, ਇਹ ਵੀ ਜਗ੍ਹਾ ਠੰਡੀ ਕਰਦੇ ਆ, ਜਿੱਥੇ ਇੱਥੇ ਬਹਿੰਦੇ ਨਾ, ਇਹਨਾਂ ਨੇ ਬੜੀ ਜਗ੍ਹਾ ਝੇੜੀ ਹੁੰਦੀ ਆ। ਬਿਲਕੁਲ, ਜਦੋਂ ਲਾਹੌਰ ਏਅਰਪੋਰਟ ਤੇ ਜਾਈਏ, ਉੱਥੇ ਵੀ ਇੱਦਾਂ ਹੀ ਲੱਗਦਾ ਇਹਦਾ ਸਰਦਾਈ ਵਾਲੇ ਬੈਠੇ ਹੁੰਦੇ, ਉਹਨਾਂ ਨੇ ਝੰਡੇ ਬੜੇ ਰੰਗ ਦੇ ਲਾਏ ਹੁੰਦੇ ਆ। ਹਾਂ ਬਸ ਇੱਦਾਂ ਹੀ ਆ ਜੀ, ਆਪਣੀ ਨਿਸ਼ਾਨੀ ਬਣਾਈ ਹੁੰਦੀ ਆ, ਖੋਰੀ ਲੈ ਕੇ ਜਾ ਰਹੇ ਆ। ਇਹ ਵੀ ਪੰਜਾਬ ਦੇ ਰੰਗਾਂ 'ਚ, ਇਹ ਵੀ ਪੰਜਾਬ ਦੇ ਰੰਗਾਂ ਥੱਲੇ ਬਰਸਣ ਆ। ਉਹ ਬਰਸਣ ਦੇ ਉੱਪਰ ਖੋਰੀ ਇਸ ਕਰਕੇ ਰੱਖੀ ਆ, ਸੁੱਕੇ ਨਾ ਮੱਤ ਵੱਜ ਜਾਂਦੀ ਹੈ, ਸੰਡਾ ਜੋੜਿਆ ਅੱਗੇ ਮਾਲੀ। ਸਾਂਦਲਬਾਰ ਦਾ ਇਹ ਇਲਾਕਾ ਆਪਣੇ ਅੰਦਰ ਕਾਫੀ ਰੰਗ ਲੈ ਕੇ ਬੈਠਾ ਆ। ਇਹ ਹੁਣ ਡਿਜਕੋਟ ਰੋਡ ਤੋਂ ਅਸੀਂ ਫਰਾਲਾ ਕ੍ਰਾਸ ਕਰਨ ਤੋਂ ਬਾਅਦ ਚੱਕ ਨੰਬਰ 258 ਫਰਾਲੇ ਤੋਂ ਅੱਗੇ ਜਿਹੜਾ ਰੋਡ ਜਾਂਦਾ, ਇਹਦੇ ਵਿੱਚ ਕਾਫੀ ਪਿੰਡ ਆਉਣੇ ਆ ਅਸੀਂ। ਉਹ ਤੁਹਾਨੂੰ ਜਿੱਦਾਂ ਜਿੱਦਾਂ ਪਿੰਡ ਆਏ, ਉਹ ਤੁਹਾਨੂੰ ਪਿੰਡ ਦਿਖਾਵਾਂਗੇ। ਆ ਕੁਛ ਮਿੱਲਾਂ ਵੀ ਬਣੀਆਂ ਹੋਈਆਂ, ਵੇਸਟੇਜ ਮੇਰੇ ਖਿਆਲ ਇੱਥੇ ਕੋਈ ਮਿੱਲ ਆ ਇਸ ਤਰ੍ਹਾਂ ਦੀ। ਅੱਗੋਂ ਕਿਤੇ ਕਿਤੇ ਮੱਛਲੀ ਫਾਰਮ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ। ਇਹ ਬੜਾ ਸੁਨਸਾਨ ਜਿਹਾ ਇਹ ਏਰੀਆ ਆ, ਇੱਥੇ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ। ਗਰਮੀਆਂ ਨੂੰ ਤਾਂ ਬਿਲਕੁਲ ਹੀ ਇੱਥੇ ਕੋਈ ਸ਼ਾਇਰ ਨਹੀਂ ਨਜ਼ਰ ਆਉਂਦੀ ਹੈਗੀ। ਕੋਈ ਵਿੜਲਾ ਕੋਈ ਟਾਵਾਂ ਕੋਈ ਮੋਟਰਸਾਈਕਲ 'ਤੇ ਆ ਜਾਂਦਾ ਆ ਜੀ ਨਜ਼ਰ। ਡਿਜਕੋਟ ਰੋਡ ਲੰਘਣ ਤੋਂ ਬਾਅਦ ਫਰਾਲਾ ਪਿੰਡ ਤੋਂ ਅੱਗੇ ਪਹਿਲਾ ਪਿੰਡ ਜਿਹੜਾ ਆਉਂਦਾ ਆ, ਉਹ ਪਿੰਡ ਹੈ ਜੀ 88 ਗਾਬੇ ਰੂੜਾ। ਇਹ ਪਿੰਡ ਵੀ ਗੁਗੇਰਾ ਬ੍ਰਾਂਚ ਦਾ ਇੱਕ ਪਿੰਡ ਆ। ਇੱਥੇ ਵੀ ਕਾਫੀ 1947 ਤੋਂ ਬਾਅਦ ਲੋਕ ਉੱਜੜ ਕੇ ਆ ਕੇ ਬੈਠੇ ਨੇ। ਇਹ ਪਿੰਡ ਵੀ ਬਾਹਰ ਦੀ ਫਿਰਨੀ ਇਹਦੀ ਕਾਫੀ ਸੋਹਣੀ ਆ, ਸਾਫ਼ ਸੁਥਰੀ ਆ।
ਤੇ ਮਿਹਨਤੀ ਲੋਕ ਆ ਇਸ ਪਿੰਡ ਦੇ ਵੀ। ਇਹਦਾ ਨਾਂ ਆ ਜੀ 88 ਗਾਬੇ ਰੂੜਾ। ਅੰਗਰੇਜ਼ਾਂ ਨੇ ਜਦੋਂ 12 ਆਬਾਦ ਕੀਤੀਆਂ ਸੀ ਤਾਂ ਪਿੰਡਾਂ ਦੇ ਜਿਹੜੀ ਨਾ 2-3 ਤਰ੍ਹਾਂ ਵੰਡ ਕੀਤੀ ਸੀ। ਜਿਹੜੇ ਗਾਬੇ ਦੇ ਪਿੰਡ ਆ ਗੁਗੇਰਾ ਬ੍ਰਾਂਚ ਦੇ ਉਹ ਹੋਰ ਤਰ੍ਹਾਂ ਸੀ, ਜਿਹੜੇ ਜੀਮਬੇ ਝੰਗ ਬ੍ਰਾਂਚ ਦੇ ਪਿੰਡ ਸੀ ਉਹ ਉਹਨਾਂ ਦੀਆਂ ਗਲੀਆਂ ਬਾਜ਼ਾਰ ਜਿਹੜੇ ਬਿਲਕੁਲ ਸਿੱਧੇ ਸਿੱਧੇ ਸੀ। ਅਤੇ ਇਹ ਪਿੰਡ ਵੀ ਬੜਾ ਖੂਬਸੂਰਤ ਪਿੰਡ ਆ ਜੀ, ਪਿੰਡ ਵੜਦੇ ਹੀ ਬੜਾ ਇੱਕ ਅੱਛਾ ਇੰਪ੍ਰੈਸ਼ਨ ਪੈਂਦਾ ਆ। ਖੂਬਸੂਰਤ ਦਰਖਤ ਜਿਹੜੇ ਆ ਇਸ ਪਿੰਡ ਦੀ ਸ਼ਾਨੋ ਸ਼ੌਕਤ 'ਚ ਇਜ਼ਾਫਾ ਕਰਦੇ ਆ ਜੀ। ਅੰਬਾਂ ਦੇ ਬੂਟੇ ਵੀ ਕਾਫੀ ਆ ਇਸ ਪਿੰਡ ਦੇ ਸਾਈਡਾਂ 'ਤੇ ਲੱਗੇ ਹੋਏ। ਅਤੇ ਇਹ ਪਿੰਡ ਆ ਜੀ 87 ਗਾਬੇ, ਇਹ ਵੀ ਗੋਗੇਰਾ ਬ੍ਰਾਂਚ ਦਾ ਇੱਕ ਪਿੰਡ ਆ। ਅਤੇ ਇਹ ਖਾਨੂਆਣਾ ਬੈਲਟ ਵਾਲੀ ਸਾਈਡ ਚੱਲ ਪੈਂਦੀ। ਥੋੜ੍ਹਾ ਅੱਗੇ ਜਾਵਾਂਗੇ ਤਾਂ ਫਿਰ ਜਿਹੜਾ ਸਤਿਆਣਾ ਰੋਡ ਹੈ ਉਹ ਇਸ ਰੋਡਾਂ ਨੂੰ ਟੱਚ ਕਰਦਾ ਆ। ਫਿਰ ਸਤਿਆਣਾ ਰੋਡ ਤੋਂ ਅੱਗੇ ਜੜ੍ਹਾਂ ਵਾਲੇ ਨੂੰ ਵੀ ਸੜਕ ਜਾਂਦੀ ਆ। ਬਹੁਤ ਖੂਬਸੂਰਤ ਪਿੰਡ, ਬਹੁਤ ਖੂਬਸੂਰਤ ਨਜ਼ਾਰੇ। ਇਹ ਹੈ ਜੀ ਪੰਜਾਬ ਦੀ ਝਲਕ, ਜਿਹੜੀ ਅਸੀਂ ਤੁਹਾਨੂੰ ਆਪਣੀ ਵੀਡੀਓ 'ਚ ਅੱਗੇ ਜਾ ਕੇ ਵੀ ਦਿਖਾਵਾਂਗੇ। ਥਾੜੀ ਕਿੱਕਰਾਂ ਜਿਹੜੀਆਂ ਇਹ ਵੀ ਲੱਗੀਆਂ ਹੋਈਆਂ, ਇਹ ਸੇਮ ਦੇ ਇਲਾਕਿਆਂ ਵਿੱਚ ਜ਼ਿਆਦਾ ਹੁੰਦੀਆਂ। ਇਹ ਥੋੜ੍ਹੇ ਜਿਹੇ ਆ ਗਏ ਆ ਮਛਲੀ ਫਾਰਮ, ਇਹ ਵੀ ਇਸ ਇਲਾਕੇ ਦੀ ਪਹਿਚਾਣ ਆ ਜੀ। ਦੋਸਤੋ ਇਹ ਪਿੰਡ ਹੈ ਗਰਾਲਾ, ਮਾਨਪੁਰ ਇੱਥੋਂ ਅਗਲਾ ਪਿੰਡ ਆ, ਇਹਨੂੰ ਗਰਾਲਾ ਕਹਿੰਦੇ ਆ। ਇਸ ਪਿੰਡ ਵਿੱਚ ਚੌਰੀ ਅਬਦੁਰਮਾਨ ਜੱਟ ਸਾਹਿਬ ਬੰਦੇਸ਼ਾ ਜਿਹੜੇ ਸੀਗੇ ਜੀ, ਅੱਲਾ ਨੂੰ ਪਿਆਰੇ ਹੋ ਗਏ ਆ, ਉਹਨਾਂ ਦਾ ਡੇਰਾ ਵੀ, ਉਹਨਾਂ ਦੀ ਰਿਹਾਇਸ਼ ਵੀ ਇਸ ਪਿੰਡ ਵਿੱਚ ਹੈਗੀ ਸੀ। ਅਤੇ ਇਹ ਵੀ ਬਾਕੀ ਪਿੰਡਾਂ ਦੀ ਤਰ੍ਹਾਂ ਬਹੁਤ ਖੂਬਸੂਰਤ ਪਿੰਡ ਆ। ਬਾਹਰ ਦੀ ਫਿਰਨੀ ਇਹਦੀ ਵੀ ਬਹੁਤ ਸੋਹਣੀ ਆ। ਅਸੀਂ ਤੁਹਾਨੂੰ ਪੰਜਾਬ ਦੇ ਜਿਹੜੇ ਪਿੰਡ ਆ ਜਿਸ 'ਚ ਸਰਾਹ ਵੀ ਜਾਇਆ ਕਰਾਂਗੇ ਉਹ ਅਸੀਂ ਤੁਹਾਨੂੰ ਜ਼ਰੂਰ ਦਿਖਾਇਆ ਕਰਾਂਗੇ। ਇਹ ਹੈ ਜੀ ਗਰਾਲਾ ਮਾਨਪੁਰ, ਮਾਨਪੁਰ ਇਸ ਤੋਂ ਅਗਲਾ ਪਿੰਡ ਆ, ਇਹ ਗਰਾਲਾ ਪਿੰਡ ਆ ਜਾਂਦਾ ਜੀ। ਸਾਰੇ ਪਿੰਡਾਂ ਨੂੰ ਅਸੀਂ ਤੁਹਾਨੂੰ ਨਾਲ ਨਾਲ ਸੈਰ ਕਰਵਾ ਰਹੇ ਹਾਂ ਆਪਾਂ। ਇਹ ਆ ਗਿਆ ਜੀ ਮਾਨਪੁਰ, ਗਰਾਲਾ ਪਿੱਛੇ ਛੱਡਿਆ ਆਪਾਂ। ਇਹ ਮਾਨਪੁਰ ਪਿੰਡ ਆ, ਬਾਬਾ ਜੀ ਖੋਤਾ ਲਈ ਫਿਰਦੇ ਆ। ਅਤੇ ਇਹ ਪਿੰਡ ਦੀ ਬਾਹਰ ਦੀ ਫਿਰਨੀ ਵੀ ਬਾਕੀ ਪਿੰਡਾਂ ਤਰ੍ਹਾਂ ਸੋਹਣੀ ਆ, ਸਾਫ਼ ਸੁਥਰੀ ਆ, ਪੱਕੀ ਸੜਕ ਬਣੀ ਹੋਈ ਆ। ਅੱਗੋਂ ਜਾ ਕੇ ਮੋੜ ਆਉਣਾ, ਅਸੀਂ ਫਿਰ ਸੱਜੇ ਹੱਥ ਹੋ ਜਾਣਾ ਆ, ਅਤੇ ਉਸ ਤੋਂ ਬਾਅਦ ਅਸੀਂ ਆਪਣੀ ਮੰਜ਼ਿਲ ਵੱਲ ਰਵਾ ਦੇਵਾਂ। ਅਤੇ ਜਿਹੜੇ ਹੋਰ ਪਿੰਡ ਆਏ ਰਾਸਤੇ ਵਿੱਚ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਜੀ। ਇਹ ਮੋੜ ਆ ਗਿਆ, ਜਲੇਬੀਆਂ ਬਣ ਰਹੀਆਂ ਜੀ ਬੜੀਆਂ ਵਧੀਆ, ਦਿਲ ਤਾਂ ਕਰਦਾ ਉਤਰ ਕੇ ਖਾਈਏ ਪਰ ਟਾਈਮ ਥੋੜ੍ਹਾ ਆ। ਅਤੇ ਆ ਕਿਤੇ ਕਿਤੇ ਤੁਹਾਨੂੰ ਸਾਈਕਲ 'ਤੇ ਵੀ ਟਾਵਾਂ ਬੇੜਲਾ ਬੰਦਾ ਨਜ਼ਰ ਆਏਗਾ। ਦੋਵਾਂ ਸਾਈਡਾਂ ਦੇ ਦਰਖਤ ਜਿਹੜੇ ਹਲਕੇ ਹਲਕੇ ਲੱਗੇ ਹੋਏ ਆ, ਮਾਹੌਲ ਨੂੰ ਖੂਬਸੂਰਤ ਵੀ ਕਰਦੇ ਅਤੇ ਠੰਡਿਆਂ ਵੀ ਕਰਦੇ ਆ ਜੀ। ਇਹ ਅੱਗੇ ਨਵਾਂ ਪਿੰਡ ਆ ਗਿਆ ਜੀ, ਅਤੇ ਆਹ ਸਾਡੇ ਦੋ ਵੀਰੇ ਰੇਹੜੀ ਖਿੱਚੀ ਆਉਂਦੇ ਆ, ਕੰਮ ਕਾਰ 'ਚ ਲੱਗੇ ਹੋਏ ਆ। ਇਹਦੇ ਵੀ ਅਸੀਂ ਬਾਹਰੋਂ ਬਾਹਰ ਹੀ ਤੁਹਾਨੂੰ ਦਿਖਾਵਾਂਗੇ। ਇਹ ਅੱਗੋਂ ਅਸੀਂ ਖਾਨੂਆਣਾ ਬੈਲਟ ਦੇ ਇੱਕ ਨਵੇਂ ਪਿੰਡ ਵਿੱਚ ਆ ਗਏ ਹਾਂ ਜੀ, ਗੁਜ਼ਰ ਰਹੇ ਹਾਂ ਜੀ। ਇਹ 84 ਗਾਬੇ, ਗੋਗੇਰਾ ਬ੍ਰਾਂਚ ਦਾ ਪਿੰਡ। ਬਾਹਰ ਦੀ ਫਿਰਨੀ ਦੇਖਣ ਨੂੰ ਖੂਬਸੂਰਤ, ਲੋਕ ਆਪਣੇ ਕੰਮੀ ਕਾਰ ਹੀ ਲੱਗੇ ਹੋਏ ਆ। ਬਾਕੀ ਪਿੰਡਾਂ ਦੀ ਤਰ੍ਹਾਂ ਇਸ ਪਿੰਡ ਦੇ ਵਿੱਚ ਵੀ ਉਹੀ ਚੀਜ਼ਾਂ ਜਿਹੜੀਆਂ ਆਮ ਪਿੰਡਾਂ 'ਚ ਦੇਖਣ ਨੂੰ ਮਿਲਦੀਆਂ। ਇਹ ਹੁਣ ਮੋੜ ਕੇ ਅਸੀਂ ਅੱਗੇ ਜਾਵਾਂਗੇ ਜੀ, ਅੱਗੇ ਫਿਰ ਉਹੀ ਪਹਾੜੀ ਕਿੱਕਰਾਂ ਦੇ ਨਜ਼ਾਰੇ ਜਿਹੜੇ ਕਿ ਸੇਮ ਦੀ ਅਲਾਮਤ ਆ। ਜਿੱਥੇ ਵੀ ਤੁਹਾਨੂੰ ਪਹਾੜੀ ਕਿੱਕਰ ਨਜ਼ਰ ਆਊਗੀ ਉੱਥੇ ਸਮਝ ਲਓ ਵੀ ਸੇਮ ਜ਼ਰੂਰ ਆ। ਇੱਥੋਂ ਅਸੀਂ ਨਿਕਲ ਕੇ ਅਗਲੇ ਪਿੰਡ ਨੂੰ ਜਾਵਾਂਗੇ ਜੀ। ਅਗਲਾ ਪਿੰਡ ਆ ਗਿਆ ਜੀ 82 ਬਲਾਕੀ। ਇੱਕ 80 ਬਲਾਕੀ ਆ, ਇੱਕ 82 ਬਲਾਕੀ ਆ। ਇਹਦੇ ਵਿੱਚ ਰਾਜਪੂਤ ਬਰਾਦਰੀ ਵੀ ਬੈਠੀ ਆ, ਹੋਰ ਬਰਾਦਰੀਆਂ ਵੀ ਬੈਠੀਆਂ ਆ। ਬਹੁਤ ਇਤਿਹਾਸਕ ਪਿੰਡ ਆ ਜੀ। 1947 ਦੀ ਵੰਡ ਵੇਲੇ ਬੜੇ ਬੜੇ ਤਕੜੇ ਸਰਦਾਰ ਜਿਹੜੇ ਇਸ ਪਿੰਡ 'ਚ ਉੱਠ ਕੇ ਗਏ ਸੀਗੇ। ਅਸੀਂ ਇੱਕ ਮਾਈ ਦਾ ਇੰਟਰਵਿਊ ਵੀ ਕੀਤਾ ਸੀ ਜਿਹੜੀ ਕਿ 1947 ਵੇਲੇ ਉੱਥੇ ਸਰਦਾਰਾਂ ਨੇ ਰੱਖ ਲਈ ਸੀਗੀ, ਔਰ ਉਹਦੇ ਭਾਈ ਜਿਹੜੇ ਆ ਇਸ ਪਿੰਡ 'ਚ ਹਲੇ ਵੀ ਜੀਂਦੇ ਜਾਗਦੇ ਆ। ਅਸੀਂ ਵੀਡੀਓ ਰਾਹੀਂ ਉਹਨਾਂ ਦੀ ਮੁਲਾਕਾਤ ਵੀ ਕਰਾਈ ਸੀ, ਲੇਕਿਨ ਅਫਸੋਸ ਕਿ ਉਹ ਕਰਤਾਰਪੁਰ ਸਾਹਿਬ ਹਜੇ ਤਾਈਂ ਨਹੀਂ ਮਿਲ ਸਕੇ।
ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੋ ਤਾਂ ਸਾਡੇ ਚੈਨਲ ਇੱਕ ਪਿੰਡ ਪੰਜਾਬ ਦਾ 'ਤੇ ਉਹ ਵੀਡੀਓ ਤੁਹਾਨੂੰ ਮਿਲ ਸਕਦੀ ਹੈ। ਇਹ ਬਜ਼ੁਰਗ ਸਾਨੂੰ ਟਾਵੇਂ ਵੇਲੇ ਨਜ਼ਰ ਆ ਰਹੇ ਆ ਜਿਹੜੇ ਸਾਡੇ ਕੰਮ ਦੇ ਆ, 1947 ਦੀ ਵੰਡ ਦੇ ਵੇਲੇ ਦੀਆਂ ਗੱਲਾਂ ਬਾਤਾਂ ਇਹਨਾਂ ਕੋਲ ਲਈਆਂ ਜਾ ਸਕਦੀਆਂ। ਅੱਗੋਂ ਫਿਰ ਮੋੜ ਆ ਗਿਆ, ਇਸ ਮੋੜ ਤੋਂ ਬਾਅਦ ਅਸੀਂ ਅਗਲੇ ਪਿੰਡ ਵੱਲ ਨੂੰ ਕੂਚ ਕਰਾਂਗੇ ਜੀ। ਥੋੜ੍ਹਾ ਥੋੜ੍ਹਾ ਫਾਸਲਾ ਆ, ਉਸ ਤੋਂ ਬਾਅਦ ਅਗਲਾ ਪਿੰਡ ਆ ਜਾਂਦਾ ਹੈ ਜੀ। ਅਗਲਾ ਪਿੰਡ ਜਿਹੜਾ ਸਾਡਾ ਓਐਸਸੀ ਬਲਾਕੀ ਆ ਗਿਆ, ਅਤੇ ਆਹ ਪਿੰਡਾਂ ਦੀ ਸ਼ਾਨ, ਬੱਕਰੀਆਂ ਵਾਲੇ ਵੀ ਰੋਡ ਮੱਲੀ ਬੈਠੇ ਆ, ਹੌਲੀ ਹੌਲੀ ਸਾਈਡ 'ਤੇ ਕਰਕੇ ਰਾਹ ਮਿਲੇਗਾ ਜੀ ਤੁਹਾਨੂੰ। ਮਾਸ਼ਾਅੱਲਾ ਸੋਹਣੀਆਂ ਬੱਕਰੀਆਂ, ਅਤੇ ਗਰਮੀ ਦੇ ਵਿੱਚ ਦੇਖ ਲਓ ਇਹਨਾਂ ਦਾ ਹੌਸਲਾ ਵੀ ਕਿਸ ਤਰ੍ਹਾਂ ਲੈ ਕੇ ਫਿਰਦੇ ਆ। ਇਹਨਾਂ ਦੇ ਦੁਨੀਆਂ 'ਤੇ ਮਾਲਕ ਆ, ਰੱਬ ਨੇ ਇਹਨਾਂ ਨੂੰ ਬਣਾਇਆ, ਅਤੇ ਇਹਨਾਂ ਦੀ ਰੋਜ਼ੀ ਰੋਟੀ ਦੀ ਵੀ ਇਹਨਾਂ ਨੂੰ ਫਿਕਰ ਆ, ਕਿਸ ਤਰ੍ਹਾਂ ਲੈ ਕੇ ਤੁਰੇ ਫਿਰਦੇ। ਆਹ ਬਹੁਤ ਵਧੀਆ ਇੱਕ ਕੱਚਾ ਡੇਰਾ ਜੀ, ਕੱਚੀ ਮਿੱਟੀ ਦਾ ਬਣਿਆ ਹੋਇਆ ਡੇਰਾ, 1947 ਦੀ ਯਾਦ ਨੂੰ ਤਾਜ਼ਾ ਕਰਦਾ। ਅੱਗੇ ਹੋਰ ਬੱਕਰੀਆਂ ਵਾਲੇ ਸਾਡੇ ਵੀਰੇ ਆ ਗਏ ਆ। ਇਹ ਕਿਸੇ ਬੰਦੇ ਨੇ ਭਲਿਆਂ ਸਮਿਆਂ 'ਚ ਕੋਈ ਕਲੋਨੀ ਕੱਟੀ ਸੀ, ਤਾਂ ਮੇਰੇ ਖਿਆਲ ਵਿਕੀ ਨਹੀਂ ਹੈਗੀ, ਅਤੇ ਉਸੇ ਤਰ੍ਹਾਂ ਹੀ ਪਈ ਹੈ। ਚਲੋ ਦੁਆ ਕਰਦੇ ਹਾਂ ਕਿ ਇਹਦੀ ਵੀ ਵਿਚਾਰਦੀ ਵੇਖ ਜਾਵੇ, ਪੈਸੇ ਖਰੇ ਹੋ ਜਾਣ। ਅਤੇ ਇਸ ਤੋਂ ਬਾਅਦ ਅਸੀਂ ਅਗਲੇ ਪਿੰਡ 'ਚ ਆ ਗਏ ਹਾਂ ਜੀ। ਮਿੱਤਰੋ, ਇਹ ਪਿੰਡ ਅੱਸੀ ਬਲਾਕੀ, ਬਹੁਤ ਸੋਹਣਾ ਪਿੰਡ ਆ ਜੀ। ਬਾਹਰ ਦਾ ਨਜ਼ਾਰਾ ਇਹਦਾ ਤੁਸੀਂ ਦੇਖ ਰਹੇ ਹੋ, ਆਹ ਸਕੂਲ ਬਣਿਆ ਹੋਇਆ ਆ। ਅਤੇ ਸਕੂਲ ਜਿਹੜੇ ਪਾਕਿਸਤਾਨ ਦੇ ਵਿੱਚ ਗੌਰਮੈਂਟ ਆ, ਤਕਰੀਬਨ ਸਾਰੇ ਜਿਨ੍ਹਾਂ ਵੀ ਪਿੰਡਾਂ 'ਚ ਚੱਲ ਜਾਓ, ਇੱਕੋ ਤਰਜ਼ 'ਤੇ ਬਣਾਏ ਹੋਏ ਆ, ਇੱਕੋ ਨਕਸ਼ੇ ਦੇ ਮੁਤਾਬਕ ਬਣੇ ਹੋਏ। ਪਹਾੜੀ ਕੀ ਕਰਾਂ, ਇੱਥੇ ਵੀ ਬਥੇਰੀਆਂ ਆ। ਇਹ ਆ ਗਿਆ ਜੀ ਖਾਨੂਆਣਾ ਬੈਲਟ ਦਾ ਪਿੰਡ ਚੱਕ ਨੰਬਰ 79 ਗਾਹਵੇ। ਇਸ ਤੋਂ ਅੱਗੇ ਆਪਾਂ ਹੁਣ ਨੇੜੇ ਹੀ ਪਹੁੰਚ ਗਏ ਸਤਿਆਣੇ ਰੋਡ 'ਤੇ, ਕੋਈ ਇੱਕ ਦੋ ਸ਼ਾਇਦ ਪਿੰਡ ਆਉਣ ਜਾਂ ਸ਼ਾਇਦ ਕੋਈ ਆਵੇ ਵੀ ਨਾ। ਉਸ ਤੋਂ ਬਾਅਦ ਅਸੀਂ ਉਸ ਸਕੂਲੇ ਪਹੁੰਚਣਾ ਜਿੱਥੇ ਅਸੀਂ ਬੱਚਿਆਂ ਨੂੰ ਜੁੱਤੀਆਂ ਦੇਣੀਆਂ ਆ। ਅਤੇ ਬਾਕੀ ਜਿਹੜੀ ਮੁਕੰਮਲ ਵੀਡੀਓ ਸਾਡੇ ਦੂਸਰੇ ਚੈਨਲ 'ਤੇ ਤੁਹਾਨੂੰ ਨਜ਼ਰ ਆਏਗੀ। ਆਹ ਦੇਖੋ ਜੀ, ਵਾਢੀਆਂ ਹਲੇ ਵੀ ਰਹਿੰਦੀਆਂ, ਪਛੇਤੀਆਂ ਕਿਤੇ ਬੀਜੀਆਂ ਲੱਗਦੀਆਂ, ਉੱਦਾਂ ਹੀ ਭਰੀਆਂ ਬੰਨੀਆਂ ਪਈਆਂ। ਇਹ ਅੱਗੇ ਵਾਢੀ ਵੀ ਕਰਨ ਵਾਲੇ ਮੇਰੇ ਖਿਆਲ ਲੱਗੇ ਹੋਏ ਆ ਵਾਢੇ। ਕਿਆ ਬਾਤ ਆ ਜੀ, ਇਹ ਵਿਚਾਰੇ ਪਛੇਤੇ ਸੀ, ਰਹਿ ਵੀ ਇਹਨਾਂ ਦੀ ਗਈ ਆ, ਬਾਕੀ ਤਾਂ ਸਾਰੇ ਮੇਰੇ ਖਿਆਲ ਜਹਾਨ ਨੇ ਚੱਕ ਲਈ ਆ। ਗੌਰਮੈਂਟ ਨੇ ਕਾਰਪੇਟ ਰੋਡ ਬਣਾਇਆ ਜੀ ਇੱਥੇ, ਮਤਲਬ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਤੁਸੀਂ ਸਫ਼ਰ ਕਰ ਸਕਦੇ ਆ, ਅਤੇ ਸ਼ਹਿਰਾਂ ਤੱਕ ਐਕਸੈਸ ਜਿਹੜੀ ਨਾ ਉਹ ਆਸਾਨ ਕਰ ਦਿੱਤੀ ਆ। ਬਸ ਥੋੜ੍ਹੀ ਦੇਰ ਤੱਕ ਜੀ ਹੁਣ ਅਸੀਂ ਮੇਨ ਰੋਡ 'ਤੇ ਚੜ੍ਹ ਜਾਣਾ ਆ, ਸਤਿਆਣਾ ਰੋਡ। ਇਸ ਤੋਂ ਅੱਗੇ ਇੱਕ ਹੋਰ ਪਿੰਡ ਆਉਣਾ ਆ, ਉਸ ਪਿੰਡ ਤੋਂ ਲੰਘ ਕੇ ਫਿਰ ਅਸੀਂ ਅੱਗੇ ਤੁਹਾਨੂੰ ਮੇਨ ਰੋਡ 'ਤੇ ਚੜ੍ਹਾ ਦੇਣਾ ਆ ਜੀ। ਇਹ 76 ਪਿੰਡ ਆ ਜੀ, 76 76 ਪਿੰਡ ਦੀ ਆਬਾਦੀ ਵੀ ਅਸੀਂ ਬਾਹਰੋਂ ਬਾਹਰ ਲੰਘ ਰਹੇ ਹਾਂ ਜੀ, ਅਤੇ ਸੜਕ ਪੱਕੀ ਆ ਬਾਕੀ ਪਿੰਡਾਂ ਦੀ ਤਰ੍ਹਾਂ। ਹੁਣ ਇਹ ਤੋਂ ਅੱਗੇ ਨਾਲ ਹੀ ਆਪਣਾ ਸਤਿਆਣਾ ਰੋਡ ਆ ਰਿਹਾ, ਤਕਰੀਬਨ ਮੈਨੂੰ ਆ ਹੀ ਗਿਆ। ਇੱਥੇ ਗੁਜਰਾਂ ਦੀ ਆਬਾਦੀ ਜ਼ਿਆਦਾ ਜੀ, ਜ਼ਿਆਦਾ ਆਬਾਦੀ ਗੁਜਰਾਂ ਦੀ। ਇਹ ਆ ਗਏ ਹਾਂ ਜੀ ਅਸੀਂ ਮੇਨ ਰੋਡ ਦੇ ਬਿਲਕੁਲ ਨੇੜੇ, ਇੱਥੋਂ ਅਸੀਂ ਸੱਜੇ ਹੱਥ ਹੋ ਜਾਣਾ ਆ। ਇਹ ਰੋਡ ਸਤਿਆਣਾ ਰੋਡ ਵੱਜਦਾ ਆ, ਲੈਲਪੁਰ ਫੈਸਲਾਬਾਦ ਤੋਂ ਸ਼ੁਰੂ ਹੋ ਕੇ ਸਤਿਆਣੇ ਤੋਂ ਅੱਗੇ ਵੀ ਜਾਂਦਾ, ਲੇਕਿਨ ਅਸੀਂ ਸਤਿਆਣੇ ਤੱਕ ਹੀ ਜਾਣਾ ਆ। 33 ਚੱਕ ਦੇ ਵਿੱਚ ਅਸੀਂ ਜਾਣਾ ਆ, ਉੱਥੇ ਅਸੀਂ ਸਰਦਾਰ ਅਜਾਇਬ ਸਿੰਘ ਹੁਣਾਂ ਦੇ ਤਰਫੋਂ ਦਿੱਤੇ ਹੋਏ ਜਿਹੜੇ ਸ਼ੂਜ਼ ਹੈ, ਜੁੱਤੀਆਂ ਆ, ਉਹ ਅਸੀਂ ਡਿਜ਼ਰਵਿੰਗ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਅਸੀਂ ਦੇਣੀਆਂ ਆ। ਅਤੇ ਪਿੰਡ ਦੀ ਜਿਹੜੀ ਸੀ ਵੀਡੀਓ ਆ, ਉਹ ਅਸੀਂ ਇੱਕ ਪਿੰਡ ਪੰਜਾਬ ਦਾ ਚੈਨਲ 'ਤੇ ਪਾਵਾਂਗੇ, ਨਾਸਰ ਕਿਸਾਨਾ ਵਲੋਗਸ 'ਤੇ ਤੁਸੀਂ ਇਹ ਆਪਣਾ ਵੀਡੀਓ ਦੇਖੋਗੇ, ਜਿਹਦੇ ਵਿੱਚ ਅਸੀਂ ਮੁਖਤਲਿਫ ਪਿੰਡਾਂ ਦੀਆਂ ਸੈਰਾਂ ਜਿਹੜੀਆਂ ਕਰਾਇਆ ਕਰਨੀਆਂ। ਇਹ ਹੁਣ ਪਿੰਡ ਵਾਲੀ ਸਾਈਡ ਨੂੰ ਅਸੀਂ ਚੱਲ ਪਏ ਹਾਂ ਜੀ। ਬਹੁਤ ਸੋਹਣੀ ਇੰਟਰੀ ਆ ਪਿੰਡ ਵੱਲ ਨੂੰ ਜਾਂਦਿਆਂ ਹੋਇਆਂ, ਪੱਕੀ ਸੜਕ ਆ। ਪਿੰਡ ਬਹੁਤ ਜ਼ਬਰਦਸਤ ਆ, ਬੜਾ ਨਕਸ਼ੇ ਦੇ ਮੁਤਾਬਕ ਇਹ ਪਿੰਡ ਬਣਿਆ ਆ। ਇਹ ਸਕੂਲ ਪਹੁੰਚ ਗਏ ਹਾਂ ਜੀ, ਚੱਕ ਨੰਬਰ 33 ਗਾਹਵੇ ਗੌਰਮੈਂਟ ਹਾਈ ਸਕੂਲ। ਬਹੁਤ ਸੋਹਣਾ ਸਕੂਲ ਆ, ਸਕੂਲ ਦੇ ਵਿੱਚ ਵੜਦੇ ਰੂਹ ਖੁਸ਼ ਹੋ ਗਈ ਦੇਖਦਿਆਂ। ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਆ, ਨਾ ਸਿਰਫ ਸਾਇਆਦਾਰ ਬਲਕਿ ਫਲਦਾਰ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਆ ਇੱਥੇ। ਅਤੇ ਬਾਕੀ ਜਿਹੜੀ ਦੂਸਰੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਥੇ ਕਿਹੜੇ ਕਿਹੜੇ ਫਲਦਾਰ ਬੂਟੇ ਲੱਗੇ ਹੋਏ ਆ। ਔਰ ਮੈਂ ਸਮਝਦਾ ਕਿ ਹਰ ਸਕੂਲ ਦੇ ਵਿੱਚ ਜਿੱਥੇ ਸਾਇਆਦਾਰ ਲੱਗੇ ਆ ਦਰਖਤ, ਉਹਦੇ ਨਾਲ ਛੋਟੇ ਜਿਹੜੇ ਫਲਦਾਰ ਬੂਟੇ ਉਹ ਲਾਜ਼ਮੀ ਲਾਉਣੇ ਚਾਹੀਦੇ ਆ। ਪਾਣੀ ਤਾਂ ਲਾਉਣਾ ਹੀ ਆ, ਬੰਦਾ ਤਾਂ ਹੈ ਹੀ ਆ ਮਾਲੀ,
ਤੇ ਇਹ ਅਗਰ ਲੱਗ ਜਾਣਗੇ ਚਲੋ ਹੋਰ ਕੋਈ ਨਹੀਂ, ਬੱਚੇ ਜਿਹੜੇ ਸਕੂਲ ਦੇ ਉਹ ਤਾਂ ਖਾਇਆ ਕਰਨਗੇ ਨਹੀਂ ਰੱਜ ਕੇ ਫਰੂਟ ਨੂੰ। ਅਤੇ ਮੈਂ ਸਮਝਦਾ ਵੀ ਜਿੰਨੇ ਵੀ ਸਰਕਾਰੀ ਸਕੂਲ ਆ ਜਿੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਆ ਉੱਥੇ ਫਲਦਾਰ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ। ਅਸੀਂ ਹੁਣ ਸਕੂਲੇ ਪਹੁੰਚ ਗਏ ਹਾਂ, ਬਾਕੀ ਵੀਡੀਓ ਸਾਡੀ ਇੱਕ ਪਿੰਡ ਪੰਜਾਬ ਦਾ ਚੈਨਲ 'ਤੇ ਤੁਸੀਂ ਵੇਖ ਸਕਦੇ ਹੋ।